हेलो हेलो फ्रेंड्स, फ्रेंड्स, सत सत श्री श्री अकाल। अकाल। वेलकम बैक टू आवर चैनल पंजाबी रिएक्शंस एंड व्लॉग। सी जड़ी वीडियो लेके आए हैं बब्बू मान जी का गाया होया शब्द, ओ शब्द दा नाम है तो खसमे और मेरे। ये नविकले तरीके दे नाल जड़ा वो शब्द आ वो इन्होंने पेश किया है। वो देखते हैं कि की किदा दी दी वीडियोग्राफी है, किस तरीके नाल ये शब्द जड़ा वो गायन किया गया है। कमाद डे अखी बाजो वेखना जेड़े कन्ना सुनना पैरा बाजो चलना जेड़े हथ करना बाजो वेखना विण कन्ना सुनना पैरा बाजो चलना विण हथ करना जी पै बाजो बोलना यो जीवत मरना जी पै बाजो बोलना यो जीवत मरना हुकम पछाड़ के तो खसम मिलना नानक हुकम पछाड़ के। शब्द दियां पहलियां लाइना ही बहुत ही ज्यादा कमाल दियां कि बिना अखां तो वेखना बिना हत्थां तो करना बिना करना तो सुनना बिना करना तो सुनना वो की चीज़ है कि जड़ियाँ जड़ा बिना करना तो आप सुन सकते हैं जो बिना अखा तो वेख सकते हैं बिना हत्थां तो करने हैं है ना। नानक हुकम पछाण के वो हैगा तुहाडे मन की गल की गई है। मन दियाँ अखा मन की जबान मन के कन मन के हाथ वो मन की जिहड़ी आ वह गल की गई है कि जे असी हुक्म हुक्म की आ साडा लॉ ऑफ नेचर आप कह सकते हैं हुक्म सूरज के ही रात चंदिया नेरा के करे पाँव पानी क्या जात अखी पाला के करे सूरज के ही रात चंदिया नेरा के करे पाँव पानी क्या जात धरती चीज के करे जिस बिच सब किछ होए धरती चीज के करे जिस बिच सब किछ होए नानक तापत जानिए जापत रखे सोए कमाल छोड़ आ ड्रोन का बैक नू आ गया ना सरंगी अत की है सरंगी मास्टर ने है ना वायलिन जड़ी है तू जी पी वे रास
ਉਹੀ ਆ ਉਹ ਪਿਓ ਆ ਨਾ ਹਾਂ ਹਾਂ ਸਾਈਕਲ ਲਿਆਤਾ ਪੁੱਠੇ ਖੋਟੇ ਸੱਟਿਆ ਖਰੇ ਕੀ ਜੈਸਾ ਵਾਸ ਪੁੱਠੇ ਖੋਟੇ ਸੱਟਿਆ ਖਰੇ ਕੀ ਜੈਸਾ ਵਾਸ ਬੋਲਣ ਫਾਦਲ ਨਾ ਲਿਕਾ ਦੁੱਖ ਸੁੱਖ ਖਸਮ ਹੈ ਪਾਸ ਬੋਲਣ ਫਾਦਲ ਨਾ ਲਿਕਾ ਸ਼ਬਦ ਦੇ ਬਾਰੇ ਤਾਂ ਅਸੀਂ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਬਟ ਜਿਹੜਾ ਮਿਊਜ਼ਿਕ ਦਿੱਤਾ ਹੋਇਆ ਕੰਪੋਜੀਸ਼ਨ ਬਹੁਤ ਹੀ ਵਧੀਆ ਔਰ ਬੜੇ ਅਲੱਗ ਤਰੀਕੇ ਨਾਲ ਸ਼ਬਦ ਨੂੰ ਪੇਸ਼ ਕੀਤਾ ਗਿਆ ਔਰ ਇਹਦੇ ਵਿੱਚ ਜਦੋਂ ਵੀਡੀਓਗ੍ਰਾਫੀ ਜਿਹੜੀ ਹੋਈ ਆ ਉਹਦਾ ਕਨਸੈਪਟ ਵੀ ਬਹੁਤ ਸੋਹਣਾ ਲਿਆ ਗਿਆ ਇੱਕ ਉਹਦਾ ਕਨਸੈਪਟ ਸੀਗਾ ਕਿ ਬੱਬੂ ਮਾਨ ਦਾ ਇੱਕ ਜਿਹੜਾ ਉਹ ਕਿਰਦਾਰ ਜਿਹੜਾ ਉਹਦੇ ਵਿੱਚ ਵਿਖਾਇਆ ਗਿਆ ਉਹ ਮਤਲਬ ਇੱਕ ਕੰਮ ਆਇਆ ਸੋ ਉਹਨੇ ਵਾਪਸ ਕੀਤਾ ਹੁੰਦਾ ਬੱਚੇ ਨੇ ਹੈ ਨਾ ਉਸ ਜ਼ਿਮੀਂਦਾਰ ਤੋਂ ਜ਼ਿਮੀਂਦਾਰ ਦਾ ਵੀ ਮਨ ਜਿਹੜਾ ਉਸ ਟਾਈਮ 'ਤੇ ਖੁਸ਼ ਹੋ ਜਾਂਦਾ ਉਹ ਆਪਣੇ ਲੜਕੇ ਨੂੰ ਕਹਿੰਦਾ ਕਿ ਨਹੀਂ ਇਹਨੂੰ ਇਹਦੀ ਦਿਹਾੜੀ ਜਿਹੜੀ ਆ ਉਹ ਦੇਣੀ ਚਾਹੀਦੀ ਕਿਸ ਤਰੀਕੇ ਨਾਲ ਮਤਲਬ ਜੇ ਤੁਸੀਂ ਚੰਗਾ ਕਰੋਗੇ ਨਾ ਕਿਸ ਤਰੀਕੇ ਨਾਲ ਮੁੜ ਕੇ ਤੁਹਾਡੇ ਕੋਲ ਹੀ ਆਏਗਾ ਉਹ ਸੀ ਉਹ ਬਹੁਤ ਵਧੀਆ ਲੱਗੀ ਕਿ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਔਰ ਨਾਲ ਇਆਣੇ ਇਆਣੇ ਦਾ ਇੱਥੇ ਜੇ ਸ਼ਬਦੀ ਅਰਥ ਕਰੀਏ ਤਾਂ ਬੱਚਾ ਨਿਆਣਾ ਨਿਆਣੇ ਨੂੰ ਇਆਣਾ ਕਿਹਾ ਜਾਂਦਾ ਆ ਬੱਚਿਆਂ ਨੂੰ ਕਿਹਾ ਜਾਂਦਾ ਪਰ ਜੇ ਭਾਵ ਅਰਥ ਅੰਤਰੀ ਭਾਵ ਅਰਥ ਲਵਾਂਗੇ ਤਾਂ ਇਆਣੇ ਦਾ ਮਤਲਬ ਹੁੰਦਾ ਆ ਮੂਰਖ ਇਨਸਾਨ ਉਹ ਕੋਈ ਵੀ ਹੋ ਸਕਦਾ ਉਹ ਮਤਲਬ ਕਿਸੇ ਵੀ ਉਮਰ ਦਾ ਹੋ ਸਕਦਾ ਭਾਵੇਂ 80-90 ਸਾਲ ਦਾ ਵੀ ਹੋਵੇ ਜੇ ਉਹਨੂੰ ਅਕਲ ਨਹੀਂ ਨਾ ਆਈ ਰਹਿਣ ਦਾ ਸਲੀਕਾ ਨਹੀਂ ਆਇਆ ਉਹਨੂੰ ਵੀ ਆਣਾ ਕਿਹਾ ਗਿਆ ਕਹਿੰਦੇ ਕਿ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਭਲਾ ਬੁਰਾ ਜਿਹੜਾ ਆ ਜੋ ਵੀ ਆ ਉਹਨੂੰ ਵਿਚਾਰਨਾ ਚਾਹੀਦਾ ਆ ਸੰਗਤ ਦੇ ਵਿੱਚ ਬਹਿ ਕੇ ਸੰਗਤ ਦਾ ਇੱਥੇ ਇਹ ਮਤਲਬ ਨਹੀਂ ਆ ਕਿ ਸਾਧਾਂ ਸੰਤਾਂ ਦੀ ਜਾਂ ਡੇਰਿਆਂ 'ਤੇ ਜਾ ਕੇ ਜਾਂ ਤੁਸੀਂ ਕਿਸੇ ਪਰਟੀਕੂਲਰ ਜਗ੍ਹਾ ਦੇ ਉੱਤੇ ਜਾ ਕੇ ਕਰਨੀ ਆ ਵਿਚਾਰ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਘਰ ਦੇ ਵਿੱਚ ਬੈਠ ਕੇ ਵੀ ਕਰ ਸਕਦੇ ਹੋ ਤੁਸੀਂ ਇਕੱਲੇ ਵੀ ਕਰ ਸਕਦੇ ਹੋ ਇਸ ਵੀਡੀਓ ਦਾ ਵੀ ਜਿਹੜਾ ਮੇਨ ਆ ਜਿਹੜਾ ਥੀਮ ਸੀਗਾ ਉਹ ਇਹੋ ਹੀ ਆ ਕਿ ਤੁਹਾਡੇ ਕਰਮ ਜਿਹੜੇ ਚੰਗੇ ਕਰਮ ਹੈ ਨਾ ਉਹ ਪਲਟ ਕੇ ਤੁਹਾਨੂੰ ਹੀ ਜਿਹੜਾ ਆ ਉਹ ਮਿਲਣਗੇ ਤੁਹਾਨੂੰ ਖੁਸ਼ੀ ਦੇਣਗੇ ਤੁਹਾਡੇ ਮਨ ਦੀਆਂ ਇੱਛਾਵਾਂ ਜਿਹੜੀਆਂ ਨੇ ਉਹ ਤਾਂ ਹੀ ਪੂਰੀਆਂ ਹੋ ਸਕਦੀਆਂ ਜੇ ਸ਼ੋਰਟਕੱਟ ਵਰਤ ਕੇ ਆਪਾਂ ਕੋਈ ਕਿਸੇ ਚੀਜ਼ ਨੂੰ ਪ੍ਰਾਪਤ ਕਰ ਸਕਾਂਗੇ ਹੋ ਸਕਦਾ ਉਹ ਚੀਜ਼ ਸਾਨੂੰ ਮਿਲ ਵੀ ਜਾਵੇ ਪਰ ਇੱਕ ਤਾਂ ਉਹਨੂੰ ਮਿਲਣ ਦੀ ਖੁਸ਼ੀ ਸਾਡੀ ਉਹ ਨਹੀਂ ਹੋਏਗੀ ਔਰ ਦੂਸਰਾ ਜਿਹੜਾ ਆ ਉਹਦਾ ਕਿਤੇ ਨਾ ਕਿਤੇ ਸਾਨੂੰ ਜਿਹੜਾ ਆ ਉਹ ਨੁਕਸਾਨ ਝੱਲਣਾ ਪਏਗਾ ਔਰ ਇੱਕ ਇੱਥੇ ਕਰਮ ਦਾ ਕੰਸੈਪਟ ਜਿਹੜਾ ਉਹ ਵੀ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਕਰਮ ਅਸੀਂ ਪਿਛਲੇ ਕਰਮਾਂ ਨੂੰ ਪਿਛਲੇ ਜਨਮ ਦੇ ਕਰਮਾਂ ਨੂੰ ਜਿਹੜੇ ਅਸੀਂ ਦੇਖੇ ਵੀ ਨਹੀਂ ਆ ਉਹਨਾਂ ਨੂੰ ਲੈ ਕੇ ਚੱਲਦੇ ਹਾਂ ਇਸ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਅਸੀਂ ਪੂਰਬਲੇ ਕਰਮ ਕੀਤੇ ਆ ਉਹਨਾਂ ਦਾ ਰਿਜ਼ਲਟ ਸਾਨੂੰ ਅੱਗੇ ਮਿਲਦਾ ਹੈ ਜੇ ਅਸੀਂ ਅੱਜ ਸਾਡਾ ਬੱਚਾ ਉਹਦੀ ਬਹਿਣੀ ਖਲੋਣੀ ਗਲਤ ਆ ਉਹ ਜਿਹੜੇ ਆ ਗਾਣੇ ਫਿਲਮਾਂ ਜਿਹੜੀਆਂ ਨੇ ਉਹ ਗਲਤ ਦੇਖ ਰਿਹਾ ਆ ਉਹਦੀ ਬਹਿਣੀ ਖਲੋਣੀ ਗਲਤ ਆ ਉਹਦਾ ਵਿਹਾਰ ਜਿਹੜਾ ਆ ਉਹ ਘਰ ਦੇ ਵਿੱਚ ਗਲਤ ਆ ਤੁਸੀਂ ਉਹਦੇ ਉੱਤੇ ਧਿਆਨ ਨਹੀਂ ਦੇ ਰਹੇ ਆਪਣੇ ਬੱਚੇ ਦੇ ਉੱਪਰ ਇਹ ਅੱਗੇ ਜਾ ਕੇ ਤੁਹਾਡੇ ਪੂਰਬਲੇ ਕਰਮ ਹੋਣਗੇ ਅਤੇ ਉਹਦਾ ਫਲ ਜਿਹੜਾ ਤੁਹਾਨੂੰ ਉਹ ਅੱਗੇ ਮਿਲੇਗਾ ਅਤੇ ਇਸ ਚੀਜ਼ ਨੂੰ ਜੇ ਤੁਸੀਂ ਕਹਿ ਦਿਓ ਕਿ ਸਾਡੇ ਪਿਛਲੇ ਜਨਮ ਦੇ ਜਾਂ ਪਿਛਲੇ ਜਨਮ ਦਾ ਕੁਝ ਨਹੀਂ ਆ ਇਹ ਇਸੇ ਜਨਮ ਦੇ ਵਿੱਚ ਜਿਹੜੀਆਂ ਸਾਡੇ ਕੋਲ ਗਲਤੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਕੋਲ ਕਤਾਈਆਂ ਜਿਹੜੀਆਂ ਅਸੀਂ ਵਰਤ ਜਾਂਦੇ ਹਾਂ ਕੋਈ ਵੀ ਕੰਮ ਕਰਨ ਦੇ ਵਿੱਚ ਅਤੇ ਉਸ ਚੀਜ਼ ਨੂੰ ਜਿਹੜਾ ਆ ਉਹ ਪੂਰਬਲੇ ਕਰਮ ਕਿਹਾ ਜਾਂਦਾ ਆ ਬਾਕੀ ਜੇ ਇਸ ਵੀਡੀਓ ਦੀ ਪ੍ਰੋਪਰ ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓਗ੍ਰਾਫੀ ਬਹੁਤ ਬਾ ਕਮਾਲ ਵੀਡੀਓਗ੍ਰਾਫੀ ਡਰੋਨ ਸ਼ੋਟ ਬਹੁਤ ਵਧੀਆ ਇਹਦੇ ਵਿੱਚ ਲਏ ਗਏ ਨੇ ਔਰ ਵੀਡੀਓ ਦੀ ਕਲੈਰਿਟੀ ਆ ਔਰ ਜੋ ਕਨਸੈਪਟ ਆ ਉਹਦੇ ਨਾਲ ਉਹ ਸ਼ਬਦ ਦੇ ਨਾਲ ਜਿਹੜਾ ਨਾ ਪੂਰੀ
ਵੀਡੀਓ ਦੇ ਨਾਲ ਹੁੰਦੀ ਜਾਂਦੀ ਆਪਾਂ ਹਾਂ ਕਿਉਂਕਿ ਹਰ ਬੰਦਾ ਸ਼ਬਦ ਨੂੰ ਨਹੀਂ ਸਮਝ ਸਕਦਾ ਉਹ ਵੀਡੀਓ ਦੇਖ ਕੇ ਵੀ ਜਿਹੜਾ ਆ ਉਹ ਸਮਝ ਸਕਦਾ ਆ ਪਰ ਸਾਨੂੰ ਜੋ ਸਮਝ ਆਈ ਆ ਅਸੀਂ ਆਪਣੇ ਵਿਚਾਰ ਜਿਹੜੇ ਆ ਉਹ ਇਸ ਵੀਡੀਓ ਦੇ ਨਾਲ ਹੀ ਤੁਹਾਨੂੰ ਦੱਸਦੇ ਆ ਸਾਨੂੰ ਇਹ ਵੀਡੀਓ ਇਹ ਸਾਡਾ ਜਿਹੜਾ ਉਪਰਾਲਾ ਆ ਇਹ ਕਿੱਦਾਂ ਦਾ ਲੱਗਾ ਔਰ ਇਹੋ ਜਿਹੀਆਂ ਵੀਡੀਓਜ਼ ਤੁਸੀਂ ਹੋਰ ਸੁਜੈਸਟ ਕਰਦੇ ਰਹੋ ਤਾਂ ਜੋ ਅਸੀਂ ਇਸ ਵਧੀਆ ਵਧੀਆ ਵੀਡੀਓ ਵਧੀਆ ਵਧੀਆ ਕਨਸੈਪਟ ਦੇ ਉੱਤੇ ਜਿਹੜੀਆਂ ਵੀਡੀਓਜ਼ ਲੈ ਕੇ ਆਉਂਦੇ ਰਹੀਏ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਵੀਡੀਓਜ਼ ਲੈ ਕੇ ਆਈਏ ਕਿਉਂਕਿ ਸੁਜੈਸ਼ਨ ਸਾਡੇ ਕੋਲ ਪਹਿਲਾਂ ਵੀ ਕਾਫੀ ਨੇ ਅਤੇ ਇਸ ਕਰਕੇ ਅਸੀਂ ਜਿਹੜੀਆਂ ਵੀਡੀਓਜ਼ ਆ ਹੌਲੀ ਹੌਲੀ ਬਣਾ ਰਹੇ ਹਾਂ ਟਾਈਮ ਦੀ ਲਿਮਿਟੇਸ਼ਨ ਕਰਕੇ ਜਿਹੜੀ ਆ ਉਹ ਜਲਦੀ ਵੀਡੀਓ ਨਹੀਂ ਹੁੰਦੀ ਪਰ ਫਿਰ ਵੀ ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰਾਂਗੇ ਵੀਡੀਓ ਅਸੀਂ ਜ਼ਰੂਰ ਤੁਹਾਡੀ ਪਸੰਦ ਦੀ ਜਿਹੜੀ ਉਹ ਲੈ ਕੇ ਆਵਾਂਗੇ ਅਤੇ ਸੋ ਇਹੀ ਕਹਿ ਕੇ ਅਸੀਂ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ ਮਿਲਦੀ ਹੈ ਨੈਕਸਟ ਵੀਡੀਓ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ।